ਹਾਂਜੀ ਭਾਈ ਹੋਰ ਗਰੁੱਪ ਮੈਂਬਰਾਂ ਦਾ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਤੇ ਕਈ ਮਿੱਤਰ ਜਿਹੜੇ ਪੁੱਛ ਰਹੇ ਸੀ ਵੀ ਸਬਸੂਲਰ ਦਾ ਹੁਣ ਮਾਰ ਸਕਦੇ ਆ ਜਾਂ ਨਹੀਂ ਮਾਰ ਸਕਦੇ ਜਾਂ ਇਹਦਾ ਕੀ ਫਾਇਦਾ ਹੁੰਦਾ ਉਹਦਾ ਤੁਹਾਨੂੰ ਮੈਂ ਹੁਣ ਕਾਰਨ ਦਿਖਾਉਣਾ ਉਹਦਾ ਤੁਹਾਨੂੰ ਮੈਂ ਫਾਇਦਾ ਦਿਖਾਉਣਾ ਜੀ ਜਿਹੜਾ ਇਹ ਤੁਸੀਂ ਸਾਡਾ ਪਲਾਂਟ ਦੇਖ ਰਹੇ ਹੋ ਨਾ ਇਹਨੂੰ ਪਾਣੀ ਲੱਗੇ ਨੂੰ ਲਗਭਗ ਵੀ ਅਪ੍ਰੈਲ ਦੇ ਲਾਸਟ ਹਫਤੇ ਦਾ ਲੱਗਿਆ ਵਿਆ ਅਪ੍ਰੈਲ ਮਈ ਜੂਨ ਜੁਲਾਈ ਵੀ ਆ ਗਈ ਤੇ ਤੁਸੀਂ ਦੇਖੋ ਹਜੇ ਵੀ ਬਾਗ ਹੈ ਜਿਹੜਾ ਪਾਣੀ ਨਹੀਂ ਮੰਗ ਰਿਹਾ ਤੇ ਗਰੋਥ 'ਚ ਕੋਈ ਕਮੀ ਨਹੀਂ ਗਈ ਇਹਦਾ ਇਹੀ ਕਾਰਨ ਹੈ ਵੀ ਸਬਸੋਲਰ ਥੋੜਾ ਵੱਜਾ ਹੋਊਗਾ ਤਾਂ ਬਾਗ ਥੋੜਾ ਕਮਲਾਉਂਦਾ ਨਹੀਂਗਾ ਵੀ ਪਾਣੀ ਮੰਨੀਓ ਐਟ ਅ ਟਾਈਮ ਇਹ ਨਹੀਂ ਵੀ ਤੁਹਾਨੂੰ ਟਿਊਬਵਲ ਚਲਾਉਣਾ ਪੈ ਜੂਗਾ ਤੁਸੀਂ ਹਫਤਾ 10 ਦਿਨ 15 ਦਿਨ ਕੱਢ ਸਕਦੇ ਹੋ ਐਡੀ ਗੱਲ ਨਹੀਂ ਜੇ ਨੂੰ ਅਸੀਂ ਪਾਣੀ ਨਾ ਲਈਏ ਹਜੇ ਵੀ 15 ਦਿਨ ਭਵੇਂ ਤਾਂ ਵੀ ਨਹੀਂ ਇਹਨੂੰ ਇਹੇ ਡੋਲਦਾਗਾ ਤੇ ਸਾਨੂੰ ਬੰਦੀ ਆਵੇ ਨਾ ਆਵੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂਕਿ ਸਾਡੇ ਜਿਹੜੀ ਜ਼ਮੀਨ ਦੀ ਸਾਡੀ ਮੈਨੇਜਮੈਂਟ ਹੀ ਇਸ ਤਰ੍ਹਾਂ ਦੀ ਕਰੀ ਵੀ ਹੈ ਵੀ ਜਿਹੜੀ ਸਾਨੂੰ ਨੈਰੀ ਮੈਕਮੇ ਵੱਲ ਵੇਖਣ ਦੀ ਲੋੜ ਨਹੀਂ ਗਈ ਤੇ ਅਸੀਂ ਆਹ ਜਿਹੜਾ ਮਿਹਨਤੀ ਵਾਇਆ ਸੀਗਾ ਇੱਕ ਪਾਸੇ ਉਹ ਵੀ ਦੂਜਾ ਪਾਸਾ ਐਂ ਪਿਆ ਹਜੇ ਇਹ ਬਾਗ ਹੈ ਵੀ ਥੋੜਾ ਜਾਂ ਐ ਤਪ ਸਕਦਾ ਛੋਟਾ ਟਰੈਕਟਰ ਤਪਾਈਏ ਤਾਂ ਪਰ ਇੱਕ ਵਾਰੀ ਲੋੜ ਨਹੀਂ ਹਜੇ ਤੇ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਕਲੀਅਰ ਕਰ ਦਿਆਂ ਜਿਹੜੀ ਖਾਦ ਵਾਲੀ ਖਾਦ ਤੁਸੀਂ ਹੁਣ ਭੁੱਲ ਕੇ ਵੀ ਨਾਈਟrogen ਨਹੀਂ ਪਾਉਣੀ ਬਾਗ ਦੇ ਵਿੱਚ ਯੂਰੀਆ ਹੁਣ ਇਸ ਤੋਂ ਬਾਅਦ ਤੁਸੀਂ ਇੱਕ ਦਾਣਾ ਵੀ ਨਹੀਂ ਪਾ ਸਕਦੇ ਜੇ ਜਿਹੜੀ ਉੱਤੇ ਜੇ ਸਪਰੇਅ ਦੀ ਗੱਲ ਕਰਾਂ ਤਾਂ ਮੈਂ ਹੁਣ ਇਸ ਟਾਈਮ ਕਾਪਰ ਦੀ ਸਪਰੇਅ ਕਰ ਰਿਹਾ ਤੇ ਤੁਸੀਂ ਕਾਪਰ ਦੀ ਸਪਰੇਅ ਕਰ ਸਕਦੇ ਹੋ ਬਲੂ ਕਾਪਰ ਕਰੋ ਨੀਲਾ თੋਥਾ ਕਰੋ ਕੋਈ ਵੀ ਕਰੋ ਜਿਹੜੀ ਸਹੀ ਡੋਜ਼ ਮੁਤਾਬਕ ਤੁਸੀਂ ਕਰ ਸਕਦੇ ਹੋ ਕਿਸੇ ਵੀ ਕੰਪਨੀ ਦਾ ਕਰ ਸਕਦੇ ਹੋ ਕੋਈ ਚੈੱਕ ਕਰਨੀ ਤੇ ਖਾਸ ਧਿਆਨ ਰੱਖਣਾ ਵੀ ਯੂਰੀਆ ਹੁਣ ਨਹੀਂ ਪਾਉਣੀ ਕਿ ਜਿੰਨੀ ਯੂਰੀਆ ਪਾਉਂਗੇ ਹੁਣ ਤੁਹਾਨੂੰ ਫੰਗਸ ਲੈ ਕੇ ਆਊਗੀ ਤੁਸੀਂ ਬਾਗ ਦੀ ਰੰਗਤ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੱਤਾ ਨਹੀਂ ਕਮਲਾ ਰਿਹਾ ਹਜੇ ਤਾਈਂ 3-4 ਮਹੀਨੇ ਪਾਣੀ ਲੱਗੇ ਨੂੰ ਹੋ ਗਏ ਹਜੇ ਵੀ ਇਹ ਡੋਲਦਾ ਨਹੀਂ ਪ੍ਰਵਾਹ ਨਹੀਂ ਇਹਨੂੰ ਨਾਲੇ ਇੰਨੀ ਗਰਮੀ ਪੈ ਰਹੀ ਹੈ ਇਹ ਸਬਸੋਲਰ ਦਾ ਜਿਹੜਾ ਹੁਣ ਕਾਰਨ ਇਹੀ ਹੈ ਜਿਹੜਾ ਉਦੋਂ ਦਾ ਸਬਸੋਲਰ ਬਚਿਆ ਹੋਇਆ ਸਾਡਾ ਕੜ ਟੁੱਟੀ ਵੀ ਹੈ ਜ਼ਮੀਨ ਦੀ ਤੇ ਜਿਹੜੀ ਸਬਸੂਲਰ ਮਾਰਨਾ ਤੁਸੀਂ ਜ਼ਿਆਦਾਤਰ ਖਾਸ ਕਰਕੇ ਧਿਆਨ ਰੱਖਿਓ ਵੀ ਸਰਦੀ ਚ ਹੀ ਮਾਰਿਆ ਕਰੋ ਜਦੋਂ ਆਪਾਂ ਇਮਾਰਤ ਦੇ ਵਿੱਚ ਮਾਰਤਾ ਫਰਵਰੀ ਮਾਰਚ ਚ ਮਾਰ ਸਕਦੇ ਆ ਹੁਣ ਨਾ ਮਾਰੋ ਹੁਣ ਨਹੀਂ ਡੂੰਗਾ ਪਾਉਣਾ ਚਾਹੀਦਾ ਤੇ ਹਾਂਜੀ ਭਾਈ ਸ਼ੁਕਰੀਆ ਜੀ